ਜੀ ਸਤਿ ਸ੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਐਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕਨ ਬਣਿਆ ਹੋਇਆ ਘੰਟੀ ਜਿਹੀ ਉਹਦੇ ਤੇ ਵੀ ਮਾਰ ਦੋ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪ੍ਰੇਮੀਆਂ ਨੂੰ ਪੰਜਾਬੀ ਨੂੰ ਚਾਹਣ ਵਾਲਿਆਂ ਨੂੰ ਸੱਜਣਾ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਪੰਜਾਬ ਟੀਵੀ ਵੱਲੋਂ ਰਾਜੇਸ਼ ਢਿੰਗਰਾ ਵੱਲੋਂ ਬਹੁਤ-ਬਹੁਤ ਨਿੱਘਾ ਸਵਾਗਤ ਅਸੀਂ ਫੇਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸਰਮੋਹਿਤ ਡੱਲਾ ਜੀ ਨੇ ਜਿਹੜੇ ਸ਼ਹਿਰੀ ਪ੍ਰਧਾਨ ਨੇ ਨਾਭਾ ਦੇ ਕਿਉਂਕਿ ਅੱਜ ਮੈਂ ਆਇਆ ਹੋਇਆ ਇੱਕ ਰਿਆਸਤੀ ਨਗਰੀ ਨਾਭਾ ਜਿਹੜਾ ਕਿ ਬਹੁਤ ਹੀ ਮੰਨਿਆ ਪਰ ਮੰਨਿਆ ਜਾਣਿਆ ਪਛਾਣਿਆ ਸ਼ਹਿਰ ਹੈ ਸੋ ਇਸ ਸ਼ਹਿਰ ਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਭਵਿੱਖ ਵਿੱਚ ਬਣਨੀ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਕਿਸ ਤਰ੍ਹਾਂ ਦਾ ਇਹਨਾਂ ਨੇ ਕੰਮ ਲੈ ਕੇ ਚੱਲਣਾ ਹੈ ਕਿਹੜੇ ਇਹਨਾਂ ਨੇ ਹੋਰ ਟੀਚੇ ਮਿੱਥੇ ਹੋਏ ਨੇ ਸ਼ਹਿਰ ਦੇ ਵਿਕਾਸ ਲਈ ਉਹਦੇ ਬਾਰੇ ਅਸੀਂ ਫਿਰ ਦੁਬਾਰਾ ਗੱਲ ਕਰਾਂਗੇ ਸਰਮੋਹਿਤ ਡੱਲਾ ਜੀ ਨਾਲ ਸਰਮੋਹਿਤ ਡੱਲਾ ਜੀ ਦੇ ਬਾਰੇ ਮੈਂ ਦੱਸਦਾ ਇਹਨਾਂ ਨੂੰ ਪਿਆਰ ਨਾਲ ਸ਼ਹਿਰ ਦੇ ਵਿੱਚ ਮੋਨੂ ਡੱਲਾ ਕਿਹਾ ਜਾਂਦਾ ਜਾਂ ਮੋਨੂ ਕਿਹਾ ਜਾਂਦਾ ਹੈ ਕਿਉਂਕਿ ਬੜਾ ਛੋਟਾ ਜਿਹਾ ਸਭ ਤੋਂ ਛੋਟੀ ਉਮਰ ਦੇ ਨੇ ਇਹ ਜਿਹੜੇ ਕਿ ਸ਼ਹਿਰੀ ਪ੍ਰਧਾਨ ਬਣੇ ਨੇ ਸੋ ਮੋਨੂ ਡੱਲਾ ਜੀ ਪਲੀਜ਼ ਮੈਨੂੰ ਤੁਸੀਂ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਲੈ ਕੇ ਚੱਲੇ ਹੋ ਸ਼ਹਿਰ ਦੇ ਵਿਕਾਸ ਦੇ ਲਈ ਕਿੱਥੇ-ਕਿੱਥੇ ਤੁਸੀਂ ਕਿਉਂਕਿ 1 ਸਾਲ ਦੇ ਉੱਪਰ ਹੋ ਗਿਆ ਸਰਕਾਰ ਬਣੇ ਨੂੰ ਕਿਹੜੇ ਵਿਕਾਸ ਕਾਰਜਾਂ ਦੀ ਸੂਚੀ ਜਿਹੜੀ ਤੁਹਾਡੇ ਦਿਮਾਗ ਵਿੱਚ ਇੱਕ ਰੂਪ ਰੇਖਾ ਸੀ ਤੇ ਇਹਨਾਂ ਨੂੰ ਤੇ ਉਹਨਾਂ ਵਿੱਚੋਂ ਕਿੰਨੇ ਤੁਸੀਂ ਪੂਰੇ ਕਰ ਲਏ ਤੇ ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਦੇ ਲਈ ਕੀ ਪਲਾਨ ਹੈ ਕਿ ਕਦੋਂ ਤੱਕ ਉਹ ਪੂਰੇ ਕਰਨੇ ਨੇ ਢਿੰਗਰਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਾਭਾ ਦਲੱਦੀ ਗੇਟ ਪਾਰਕ ਬਣਿਆ ਆਪਣਾ 1 ਸਾਲ ਤੁਸੀਂ ਦੇਖ ਸਕਦੇ ਹੋ ਉੱਥੇ ਪਾਰਕ 'ਚ ਕਿੰਨੀ ਡਿਵੈਲਪਮੈਂਟ ਹੋ ਗਈ ਇੱਕ ਮੰਤਰੀ ਸਾਹਿਬ ਨੇ ਪਿਛਲੇ ਸਾਲ ਇੱਕ ਚੁੰਗੀ 'ਤੇ ਜਗ੍ਹਾ ਪਈ ਸੀ ਗੰਦ ਹੱਡਾ ਰੂੜੀ ਸੀ ਉਹਨੂੰ ਉੱਥੇ ਸਾਫ਼ ਕਰਾ ਕੇ ਉੱਥੇ ਪਾਰਕ ਦਾ ਨਿਰਮਾਣ ਕੀਤਾ ਉਹ ਤੁਸੀਂ ਦੇਖ ਸਕਦੇ ਹੋ ਹੁਣ ਛੇਤੀ ਉਹ ਜਲਦੀ ਉਹ ਤਿਆਰ ਹੋ ਰਿਹਾ ਅਤੇ ਇੱਕ ਸਾਡੀ ਪਿਛਲੇ 10 ਸਾਲ ਤੋਂ ਬੜੀ ਸਮੱਸਿਆ ਆ ਰਹੀ ਸੀ ਜਿਹੜੀ ਹੋਸਪਿਟਲ ਰੋਡ ਸੀ ਕਿੰਨੇ ਮਰੀਜ਼ ਜਾਂਦੇ ਸੀ ਗਿਰਦੇ ਸੀ ਐਡੇ ਐਡੇ ਖੱਡੇ ਸੀਗੇ ਤੁਹਾਨੂੰ ਆਪ ਪਤਾ ਪਾਣੀ ਕਿੰਨਾ ਕਿੰਨਾ ਖੜਦਾ ਸੀ ਮੰਤਰੀ ਸਾਹਿਬ ਨੇ ਫੰਡ ਭੇਜ ਕੇ ਉੱਪਰੋਂ ਸਾਡੇ ਨਗਰ ਕੌਂਸਲ ਦੇ ਰਜਨੀਸ਼ ਮਿੱਤਲ ਸ਼ੈਂਟੀ ਜੀ ਉਹਨਾਂ ਦੀ ਨਿਗਰਾਨੀ ਹੇਠ ਪੈਸੇ ਲੱਗੇ ਨੇ ਹੁਣ ਦੇਖ ਲਓ ਤੁਸੀਂ ਕਿੰਨੇ ਬਾਰਿਸ਼ਾਂ ਹੋ ਗਈਆਂ ਉਸ ਤੋਂ ਬਾਅਦ ਕਿੰਨਾ ਕੁਛ ਹੋ ਗਿਆ ਸੜਕ ਐਨ ਟੋਪ ਟੋਪ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਆ ਰਹੀ ਲੋਕ ਬਾਜ਼ਾਰ ਵਾਲੇ ਲੋਕ ਹੈ ਜਿਹੜੇ ਸਾਰੇ ਖੁਸ਼ ਨੇ ਉਸ ਤੋਂ ਬਾਅਦ ਜਿਹੜੀ ਕਿੰਨੀ ਦੇਰ ਤੋਂ ਘੋੜੇ ਵਾਲੇ ਗੁਰਦੁਆਰੇ ਤੋਂ ਲੈ ਕੇ ਚੌਧਰੀ ਮੱਜਰਾ ਰੋਡ 'ਤੇ ਪ੍ਰੋਬਲਮ ਆ ਰਹੀ ਸੀ ਪਿਛਲੇ 10 ਸਾਲ ਤੋਂ ਕਿਸੇ ਦਾ ਕੋਈ ਧਿਆਨ ਨਹੀਂ ਸੀ ਐਡੇ ਐਡੇ ਖੱਡੇ ਸੀਗੇ ਉੱਥੇ ਉਹ ਵੀ ਮੰਤਰੀ ਸਾਹਿਬ ਨੇ ਪਰਸੋਂ ਸ਼ੁਰੂ ਕਰਵਾਤੀ ਅਤੇ ਤਿਆਰ ਹੋ ਗਈ ਹੈ ਸੜਕ ਇਸ ਤਰ੍ਹਾਂ ਹੋਰ ਬਾਜ਼ਾਰ 'ਚ ਜਿੰਨੀਆਂ ਵੀ ਸੜਕਾਂ ਨੇ ਕੋਈ ਜਿਹੜੀਆਂ ਟੁੱਟੀਆਂ ਸੀਗੀਆਂ ਸਾਰੀਆਂ ਨਵੇਂ ਜਾਲ ਵਿਛਾਤੇ 1 ਸਾਲ ਦੇ ਵਿੱਚ ਹਲੇ ਡਿਵੈਲਪਮੈਂਟ ਹੋਈ ਹੈ ਸਾਡੀ ਚਲੋ ਉਹਦਾ ਜਿਹੜਾ ਹੈ ਤੁਸੀਂ ਆਪਾਂ ਦੇ ਸਕਦੇ ਹਾਂ ਸਿਹਰਾ ਮੰਤਰੀ ਸਾਹਿਬ ਨੂੰ ਦੇ ਸਕਦੇ ਹਾਂ ਕਿਉਂਕਿ ਉਹ ਵਜ਼ੀਰ ਨੇ ਅਤੇ ਫੰਡਿੰਗ ਦੀ ਮੈਨੂੰ ਲੱਗਦਾ ਨਹੀਂ ਕਿ ਕਿਸੇ ਤਰ੍ਹਾਂ ਦੀ ਕਮੀ ਆਉਣੀ ਹੈ ਪਰ ਕੁਛ ਇਹੋ ਜਿਹੇ ਹਲੇ ਲੱਗਦਾ ਤੁਹਾਨੂੰ ਪ੍ਰੋਜੈਕਟ ਜਿਹੜੇ ਅਟਕੇ ਹੋਏ ਨੇ ਜਾਂ ਫੰਡ ਦੀ ਕਮੀ ਕਰਕੇ ਹਲੇ ਪੈਂਡਿੰਗ ਨੇ ਜਿਹੜੇ ਮੰਤਰੀ ਸਾਹਿਬ ਦਾ ਵੀ ਸੁਪਨਾ ਹੋਣ ਜਾਂ ਤੁਹਾਡਾ ਆਪਣਾ ਸੁਪਨਾ ਹੋਣ ਨਹੀਂ ਕੋਈ ਐਸੀ ਗੱਲ ਨਹੀਂ ਫੰਡਿੰਗ ਦੀ ਕੋਈ ਕਮੀ ਨਹੀਂ ਮੰਤਰੀ ਸਾਹਿਬ ਦਾ ਪੂਰਾ ਧਿਆਨ ਹੈ ਨਾਭੇ ਕੰਨੀ ਮੰਤਰੀ ਸਾਹਿਬ ਤਾਂ ਚਾਹੁੰਦੇ ਨੇ ਵੀ ਦਿਲੋਂ ਵੀ ਇਤਿਹਾਸਿਕ ਨਗਰੀ ਹੈ ਸਾਡੀ ਇਹ ਨਾਭਾ ਵੀ ਇਹਨੂੰ ਸਵਰਗ ਬਣਾ ਦਿੱਤਾ ਜਾਵੇ ਮੰਤਰੀ ਸਾਹਿਬ ਦੇ ਬੜੇ ਪ੍ਰੋਜੈਕਟ ਨੇ ਉਰੇ ਹਲੇ ਨਾਭੇ ਸ਼ਹਿਰ ਲਈ ਬਹੁਤ ਕੁਝ ਸੋਚਿਆ ਹੁਣ ਪਿੱਛੇ ਸੀਵਰੇਜ ਬੋਰਡ ਦੇ ਸੀਗੇ ਪੈਸੇ ਉਹ ਮੰਤਰੀ ਸਾਹਿਬ ਨੇ ਲਿਆਂਦੇ ਨੇ ਜਲਦੀ ਉਹ ਸੀਵਰੇਜ ਦਾ ਕੰਮ ਸ਼ੁਰੂ ਹੋ ਜਾਣਾ ਆਪਣੇ ਉਸ ਤੋਂ ਬਾਅਦ ਜਿਹੜੇ ਮੰਤਰੀ ਸਾਹਿਬ ਦੇ ਹੋਰ ਪ੍ਰੋਜੈਕਟ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸ਼ੈਂਟੀ ਜੀ ਉਹਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਜਲਦੀ ਹੀ ਉਹ ਫੰਡਿੰਗ ਹੋ ਜਾਏਗੀ ਅਤੇ ਨਾਭੇ ਨੂੰ ਕਹਿਣ ਜ਼ਿਲ੍ਹੇ 'ਚ ਸਭ ਤੋਂ ਟੌਪ ਦਾ ਸ਼ਹਿਰ ਬਣਾ ਦਿੱਤਾ ਜਾਵੇਗਾ ਦੇਖੋ ਭਾਦਸੋਂ ਨੂੰ ਇੱਕ ਸਭ ਤੋਂ ਸੋਹਣੇ ਜਿਹੜਾ ਕਸਬੇ ਦਾ ਇੱਕ ਦਰਜਾ ਮਿਲਿਆ ਸਫਾਈ ਜਿੱਥੇ ਸਭ ਤੋਂ ਅੱਗੇ ਹੈ ਬੜੇ ਥੋੜ੍ਹੇ ਜਿਹੇ ਉੱਥੇ ਬੰਦੇ ਨੇ 15 ਬੰਦੇ ਸਫਾਈ ਕਰਮਚਾਰੀ ਨੇ ਜਿਹੜੇ ਕਰ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਨਾਭੇ 'ਚ ਵੀ ਇਹ ਉਸ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਾਂ ਨਾਭੇ 'ਚ ਕਦੋਂ ਤੱਕ ਹੋ ਜਾਏਗਾ ਇਹ ਜਲਦੀ ਉਹ ਕਰ ਦੇਣਗੇ ਜਿੱਥੇ ਵੀ ਕਿਸੇ ਚੀਜ਼ ਦੀ ਮੁਲਾਜ਼ਮ ਦੀ ਘਾਟ ਹੈ ਜਾਂ ਹੋਰ ਘਾਟ ਹੈ ਸਾਰੀਆਂ ਜਲਦੀ ਹੀ ਪੂਰੀਆਂ ਹੋ ਜਾਣਗੀਆਂ ਸਾਡੇ ਪ੍ਰਧਾਨ ਵੀ ਲੱਗੇ ਹੋਏ ਨੇ ਨਗਰ ਕੌਂਸਲ ਦੇ ਜਿੰਨੀਆਂ ਵੀ ਖਾਮੀਆਂ ਸੀਗੀਆਂ ਨਾਭੇ ਸੜਕਾਂ ਦੀਆਂ ਚਾਹੇ ਬਿਜਲੀ ਦੀਆਂ ਸਭ ਪੂਰੀਆਂ ਕਰਨ 'ਤੇ ਲੱਗੇ ਨੇ ਬਾਕੀ ਮੰਤਰੀ ਸਾਹਿਬ ਦੇ ਹੁਕਮਾਂ ਤਹਿਤ ਹੀ ਸਾਰਾ ਕੰਮ ਹੋ ਰਿਹਾ ਡਿਵੈਲਪਮੈਂਟ ਪੂਰੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ ਤੁਸੀਂ 1 ਸਾਲ ਆਪ ਵੀ ਗੇੜਾ ਮਾਰ ਸਕਦੇ ਹੋ ਸ਼ਹਿਰ 'ਚ ਜਿਹੜੀਆਂ ਸੜਕਾਂ ਕਦੇ ਬਣੀਆਂ ਨਹੀਂ ਸੀ ਉਹ ਸਾਰੀਆਂ ਪਹਿਲ ਦੇ ਆਧਾਰ 'ਤੇ ਬਣਾਤੀਆਂ ਮੰਤਰੀ ਸਾਹਿਬ ਨੇ ਤਾਂ ਇੱਥੇ ਡੰਪ ਦੀ ਇੱਕ ਕਮੀ ਮਹਿਸੂਸ ਬੜੀ ਹੁੰਦੀ ਹੈ ਕਿ ਗੰਦ ਜਿਹੜਾ ਇਕੱਠਾ ਹੁੰਦਾ ਸ਼ਹਿਰ ਦੇ ਵਿੱਚ ਉਹ ਡਿਸਪੋਜ਼ੇਬਲ ਹੈ ਜਾਂ ਵੇਸਟ ਹੈ ਉਹ ਕਿੱਥੇ ਸਿੱਟੀ ਜਾਵੇ ਅਤੇ ਵੇਸਟ ਮੈਨੇਜਮੈਂਟ ਦਾ ਕੋਈ ਪ੍ਰੋਜੈਕਟ ਇੱਥੇ ਹੈ ਨਹੀਂ ਈਵਨ ਪਟਿਆਲਾ ਵੀ ਨਹੀਂ ਹੈ ਪਰ ਬਹੁਤ ਸ਼ਹਿਰਾਂ 'ਚ ਵੇਸਟ ਮੈਨੇਜਮੈਂਟ ਦੇ ਹੈਗੇ ਜਿਹੜੇ ਨੇ ਅਤੇ ਉਹਦੇ ਨਾਲ ਇੱਕ ਉਹਨੂੰ ਵੇਸਟ ਨੂੰ ਮੈਨੇਜ ਕਰਕੇ ਉੱਥੇ ਕਿਤੇ ਦੱਬਿਆ ਜਾ ਸਕਦਾ ਜਾਂ ਕੁਛ ਕੀਤਾ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੋਈ ਕਮੇਟੀ ਕਰਨ ਜਾ ਰਹੀ ਹੈ ਜਾਂ ਮਿਊਂਸੀਪਲ ਕੌਂਸਲ ਕਰਨ ਜਾ ਰਹੀ ਹਾਂਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਡੰਪ ਨਹੀਂ ਸਾਡੇ ਜਿਹੜੇ ਪ੍ਰਧਾਨ ਨੇ ਸ਼ੈਂਟੀ ਜੀ ਇਹਨਾਂ ਕੋਲ ਪ੍ਰਪੋਜ਼ਲ ਆਈ ਹੋਈ ਹੈ ਅਤੇ ਮੰਤਰੀ ਸਾਹਿਬ ਦੇ ਧਿਆਨ 'ਚ ਜਲਦੀ ਹੀ ਲਿਆਂਦੀ ਜਾਵੇਗੀ ਜਲਦੀ ਤੋਂ ਜਲਦੀ ਕੋਈ ਡੰਪ ਦਾ ਇਹੋ ਜਿਹਾ ਸਿਸਟਮ ਤਿਆਰ ਕੀਤਾ ਜਾਵੇ ਜਿਹੜਾ ਗੰਦ ਹੈ ਪੂਰੀ ਡਿਸਪੋਜ਼ ਕੀਤਾ ਜਾਵੇ ਅਸੀਂ ਗੱਲ ਕਰ ਰਹੇ ਸੀ ਜੀ ਸਰਮੋਹਿਤ ਡੱਲਾ ਜੀ ਨਾਲ ਜਿਹੜੇ ਸ਼ਹਿਰੀ ਪ੍ਰਧਾਨ ਨੇ ਕਾਂਗਰਸ ਦੇ
ਅਤੇ ਮੈਨੂੰ ਉਮੀਦ ਹੈ ਕਿ ਜਲਦੀ ਹੀ ਜਿਹੜਾ ਨਾਭਾ ਹੈ ਉਹ ਇੱਕ ਸੁਪਨਿਆਂ ਦਾ ਸ਼ਹਿਰ ਦੁਬਾਰਾ ਬਣ ਜਾਏਗਾ। ਇਹ ਰਿਆਸਤੀ ਸ਼ਹਿਰ ਸੀ ਜਿਸ ਦਾ ਨਾਮ ਬੜਾ ਸੁਨਹਿਰੀ ਅੱਖਰਾਂ ਵਿੱਚ ਪਹਿਲਾਂ ਹੀ ਲਿਖਿਆ ਗਿਆ। ਇੱਥੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਲੋਕਾਂ ਨੇ, ਜੈਤੋ ਦਾ ਮੋਰਚਾ ਇੱਥੋਂ ਲੱਗਿਆ, ਹੋਰ ਕਈ ਮੋਰਚੇ ਇੱਥੋਂ ਲੱਗੇ ਨੇ, ਬੜੀਆਂ ਆਜ਼ਾਦੀ ਸੰਘਰਸ਼ ਵਿੱਚ ਵੀ ਇੱਥੇ ਆਪਣੀਆਂ ਜਾਨਾਂ ਵਾਰੀਆਂ ਨੇ ਸਾਡੇ ਯੋਧਿਆਂ ਨੇ। ਸੋ ਉਹ ਜਿਹੜਾ ਸੁਪਨਾ ਸੀਗਾ ਉਸ ਸ਼ਹਿਰ ਦੇ ਪ੍ਰਤੀ, ਇਸ ਇਲਾਕੇ ਦੇ ਪ੍ਰਤੀ, ਮੈਨੂੰ ਲੱਗਦਾ ਕਿ ਕਿਉਂਕਿ ਸਰਕਾਰ ਕਾਂਗਰਸ ਦੀ ਹੈ, ਮੰਤਰੀ ਜੀ ਇੱਥੇ ਨੇ, ਮੋਨੂ ਡੱਲਾ ਜੀ ਇੱਥੇ ਨੇ, ਹੋਰ ਸਾਰੀ ਇਹਨਾਂ ਦੀ ਕਾਂਗਰਸ ਦੀ ਟੀਮ ਹੈ, ਇਹ ਰਲ ਕੇ ਉਹ ਸੁਪਨੇ ਨੂੰ ਦੁਬਾਰਾ ਸਾਕਾਰ ਕਰੇਗੀ। ਸੋ ਮੈਂ ਰਾਜੇਸ਼ ਢੀਂਗਰਾ ਪੰਜਾਬ TV ਵੱਲੋਂ ਤੁਹਾਡਾ ਸਭ ਦਾ ਫਿਰ ਧੰਨਵਾਦ ਕਰਦਾ ਅਤੇ ਤੁਹਾਡੇ ਤੋਂ ਵਿਦਾ ਲੈਂਦਾ। ਅਗਲੀ ਮੁਲਾਕਾਤ ਜਲਦੀ ਹੀ ਕਰਾਂਗੇ। ਸ਼ੱਬਾ ਖੈਰ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।